ਇਨਕਾਊਂਟਰ ਕੀਤਾ ਗਿਆ, ਜਿਸ ਕਰਕੇ ਜਿਹੜੇ ਚਾਰ ਗੈਂਗਸਟਰ ਫੜੇ ਸੀ ਉਹਨਾਂ ਗੈਂਗਸਟਰਾਂ ਨੇ ਮੁਕਾਬਲਾ ਕੀਤਾ ਸਾਡਾ SSP ਸੋਇਲ ਮੇਜਰ ਮੌਜੂਦ ਨੇ। ਸਰ ਕੀ ਸਾਰੀ ਘਟਨਾ ਹੋਈ? ਘਟਨਾ ਇਸ ਤਰ੍ਹਾਂ ਹੈਗਾ ਕਿ ਇੱਕ ਲੋਕਲ ਬਿਜ਼ਨਸਮੈਨ ਹੈ, ਧਰਮਕੋਟ ਰੰਧਾਵਾ ਪਿੰਡ ਹੈ, ਡੇਰਾ ਬਾਬਾ ਨਾਨਕ ਦੇ ਵਿੱਚ ਪੈਂਦਾ ਹੈ। ਉਹਨਾਂ ਨੂੰ ਪਹਿਲਾਂ ਐਕਸਟੋਰਸ਼ਨ ਕਾਲਸ ਆਉਂਦੀਆਂ ਸੀਗੀਆਂ ਬਾਹਰੋਂ, ਕਾਲਸ ਆਉਂਦੀਆਂ ਸੀਗੀਆਂ, ਤੁਸੀਂ 50 ਲੱਖ ਦੀ ਜਿਹੜੀ ਫਿਰੌਤੀ ਹੈ ਉਹ ਅਦਾ ਕਰ ਲਓ। ਪਰ ਇਹ ਜਿਹੜਾ ਬਿਜ਼ਨਸਮੈਨ ਹੈ ਤਾਂ ਇਹਨੇ ਕੋਈ ਪੈਸੇ ਨਹੀਂ ਦਿੱਤੇ। ਉਸ ਤੋਂ ਬਾਅਦ ਫਿਰ 21 ਤਰੀਕ ਨੂੰ ਇਹਦੀ ਜਿਹੜੀ ਦੁਕਾਨ ਹੈ ਉਹਦੇ 'ਤੇ ਗੋਲੀਆਂ ਚੱਲਦੀਆਂ ਹੈਗੀਆਂ, ਤਾਂ ਇਨਫੈਕਟ ਇਹਨੇ ਬਹਾਦੁਰੀ ਦਿਖਾ ਕੇ ਇਹਨਾਂ ਨੇ ਬੰਦਿਆਂ ਦਾ ਆਪ ਪਿੱਛਾ ਕੀਤਾ ਸੀਗਾ। ਬਟ ਐਨੀਵੇ ਫਿਰ ਪੁਲਿਸ ਨੇ ਇਹਦੇ ਵਿੱਚ ਪਰਚਾ ਦਰਜ ਕਰ ਲਿਆ, ਅਸੀਂ ਟੀਮਸ ਬਣਾਈਆਂ ਇਹਦੇ ਵਿੱਚ, ਤਾਂ SPD ਸਾਹਿਬ ਉਹ ਲੀਡ ਕਰ ਰਹੇ ਸੀਗਾ ਪੂਰਾ ਓਪਰੇਸ਼ਨ। ਉਹਦੇ ਵਿੱਚ ਫਿਰ 1 ਹਫ਼ਤੇ ਦੀ ਜਿਹੜੀ ਮਿਹਨਤ ਹੈ, ਉਸ ਤੋਂ ਬਾਅਦ ਪੁਲਿਸ ਨੂੰ ਇਹਦੇ ਵਿੱਚ ਕਾਮਯਾਬੀ ਮਿਲੀ, ਅਸੀਂ ਜਿਹੜਾ ਕੇਸ ਟਰੇਸ ਕਰ ਲਿਆ। ਉਸ ਤੋਂ ਬਾਅਦ ਜਿਹੜੇ ਬੰਦੇ ਹੈ ਉਹਨਾਂ ਦੀ ਗ੍ਰਿਫਤਾਰੀ ਪੈ ਗਈ, ਉਹ ਰੇਡਸ ਕਰਕੇ ਅਰਲੀ ਮਾਰਨਿੰਗ ਇਹਦੇ ਵਿੱਚ ਬੰਦੇ ਫੜੇ ਗਏ। ਤਾਂ ਫਿਰ ਉਸੀ ਸਿਲਸਿਲੇ ਦੇ ਵਿੱਚ ਵੈਪਨਸ ਦੀ ਰਿਕਵਰੀ ਕਰਨ ਲਈ ਉਹਦੇ ਵਿੱਚ 2 ਬੰਦੇ ਅਸੀਂ ਇਸ ਸਪੋਟ 'ਤੇ ਲੈ ਕੇ ਆਏ ਸੀਗੇ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਫਲਾਨੀ ਜਗ੍ਹਾ ਅਸੀਂ ਅਸਲਾ ਰੱਖਿਆ ਹੈਗਾ। 4 ਗੋਲੀਆਂ ਉਹਨਾਂ ਨੇ ਚਲਾਈਆਂ ਸੀਗੀਆਂ, ਬਟ ਫੋਰਚੁਨੇਟਲੀ ਜਿਹੜੇ ਸਾਡੇ ਮੁਲਾਜ਼ਮ ਹੈ ਸੇਫ ਹੈਗੇ ਨੇ। ਔਰ ਇਸ ਜਿਹੜੇ ਗੋਲੀ ਚੱਲਣ ਦੇ ਵਿੱਚ ਜਿਹੜੇ 2 ਲੋਕ ਇੰਜਰ ਹੋਏ ਆ, ਔਰ ਉੱਥੇ ਨਿਸ਼ਾਨ ਜਿਹੜੇ ਖੂਨ ਦੇ ਵੀ ਇਸ ਟਾਈਮ ਮੌਜੂਦ ਨੇ, ਔਰ ਇਹੀ ਇੱਕ ਘਟਨਾ ਜਗ੍ਹਾ ਆ ਰਤਨ ਛੱਤਰ ਦਾ ਸ਼ਮਸ਼ਾਨ ਘਾਟ ਜਿੱਥੇ ਇਹ ਸਾਰੀ ਘਟਨਾ ਹੋਈ ਆ। ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਵੀ ਇਹ ਉਹਨਾਂ ਦੇ ਕੋਲ ਪਿਸਟਲ ਵੀ ਇਸ ਦੌਰ ਕਵਰ ਕੀਤੇ ਗਏ ਨੇ। ਉਸ ਤੋਂ ਇਲਾਵਾ ਇਹ ਜਿਹੜੇ ਉੱਥੇ ਨਿਸ਼ਾਨ ਇਸ ਚੀਜ਼ ਦਾ ਤੁਸੀਂ ਦਿਖਾਉਣਾ ਦੇਖ ਸਕਦੇ ਵੀ ਇੱਥੇ ਜਿਹੜਾ ਇਨਕਾਊਂਟਰ ਹੋਇਆ, ਔਰ ਇਸ ਇਨਕਾਊਂਟਰ ਵਿੱਚ ਜਿਹੜੇ 2 ਲੋਕ ਇੰਜਰ ਹੋਏ ਨੇ, ਔਰ ਤੁਸੀਂ ਹੁਣ ਵੀ ਦੇਖ ਸਕਦੇ ਵੀ ਇੱਥੇ ਪਿਸਟਲ ਜਿਹੜੀਆਂ ਗੋਲੀਆਂ ਦੇ ਨਿਸ਼ਾਨ ਇੱਥੇ ਪਈਆਂ, ਉਹਨਾਂ ਨਿਸ਼ਾਨੀਆਂ ਇੱਥੇ ਲਾਈਆਂ, ਔਰ ਪੁਲਿਸ ਔਰ ਫੋਰੈਂਸਿਕ ਟੀਮ ਜਿਹੜੀ ਇੱਥੇ ਪਹੁੰਚੀ ਹੋਈ ਆ, ਪੁਲਿਸ ਦੇ ਅਧਿਕਾਰੀ ਇੱਥੇ ਪਹੁੰਚੇ, ਉਹਨਾਂ ਸਾਰੀ ਜਗ੍ਹਾ ਦਾ ਜਾਇਜ਼ਾ ਲਿਆ, ਔਰ ਜਾਇਜ਼ਾ ਲੈਣ ਤੋਂ ਬਾਅਦ ਰਸਤੇ ਸਾਹਿਬ ਨੇ ਦੱਸਿਆ ਵੀ ਜਿਹੜੇ 2 ਜਿਹੜੇ ਲੋਕ ਸੀ ਜਿਹੜੇ ਇੱਕ ਕਾਰੋਬਾਰੀ ਨੂੰ ਧਮਕੀਆਂ ਦਿੰਦੇ ਪਿਛਲੇ ਦਿਨ, 4 ਲੋਕ ਉਹਨਾਂ ਵਿੱਚੋਂ 4 ਲੋਕ ਅਰੈਸਟ ਕੀਤੇ, ਜਿਹਨਾਂ 2 ਉਹਨਾਂ ਨੂੰ ਇੱਥੇ ਸਮਾਨ ਬਰਾਮਦ ਵਾਸਤੇ ਲੈ ਕੇ ਉੱਥੇ ਉਹਨਾਂ ਨੇ ਆ ਕੇ ਪੁਲਿਸ ਨਾਲ ਫਾਇਰਿੰਗ ਕਰਨੀ ਸ਼ੁਰੂ ਕਰਦੇ, ਜਿਹਦੇ ਚੱਲਦੇ ਉਹ 2 ਲੋਕ ਇੰਜਰ ਹੋਏ ਨੇ, ਔਰ ਪੁਲਿਸ ਅਧਿਕਾਰੀ ਇੱਥੇ ਮੌਕਾ ਲੈ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਨਿਊਜ਼ 8 ਪੰਜਾਬ ਲਈ ਪਿੰਡ ਰਤਨ ਛੱਤਰ ਤੋਂ ਬਿਸ਼ੰਬਰ ਬਿੱਟੂ।